ناول ਇੱਕ ਹੋਰ ਨਵਾਂ ਸਾਲ ਬਾਈ ਪ੍ਰੋਫੈਸਰ ਨਰਿੰਜਨ ਤਸਨੀਮ ਕਾંડ 3 ਸ਼ਾਮ ਪਾਗ 7 ਕਿੰਨੀ ਲੰਮੀ ਹੈ ਇਹ ਸੜਕ ਦੋਵੇਂ ਪਾਸੇ ਰੁੱਖ ਖੜੋਤੇ ਹੋਏ ਇੱਕ ਕਤਾਰ ਬੰਨੀ ਕੋਈ ਟੋਇਆ ਡੱਬਾ ਵੀ ਨਹੀਂ ਕਿਤੇ ਬਿਲਕੁਲ ਹੀ ਪੱਧਰੀ ਹੈ ਸੜਕ ਨੇਰਾ ਨੇਰਾ ਜਿਹਾ ਹੈ ਚਾਰੇ ਪਾਸੇ ਖੰਬੇ ਵੀ ਦੂਰ ਦੂਰ ਲੱਗੇ ਹੋਏ ਆ ਉਂਝ ਸੁਆਦ ਬੜਾ ਆ ਰਿਹਾ ਰਿਕਸ਼ਾ ਚਲਾਉਣ ਦਾ ਕar ਪਹੁੰਚਦੇ ਹੁਣੇ ਉਹ ਵੀ ਫਿਕਰ ਕਰਦੀ ਹੋਈ ਇੱਕ ਵਾਰੀ ਟੱਕਰ ਹੋ ਗਈ ਸੀ ਕਾਰ ਨਾਲ ਬੇਹੋਸ਼ ਪਿਆਰੇ ਹਾਸਾ ਮੈਂ ਸੜਕ ਉੱਤੇ ਕਿੰਨੀ دیر ਫਿਰ ਪਤਾ ਨਹੀਂ ਕਿਦੇ ਮਨ ਵਿੱਚ ਮੇਰ ਪਈ ਉਹ ਮੈਨੂੰ ਹਸਪਤਾਲ ਛੱਡ ਆਇਆ ਤੜਕਸਰ ਮੈਨੂੰ ਹੋਸ਼ ਆਈ ਕਰ ਕਿਸੇ ਨੂੰ ਪਤਾ ਹੀ ਨਹੀਂ ਸੀ ਇਸ ਗੱਲ ਦਾ ਭਲੀ ਲੋਕ ਸਾਰੀ ਰਾਤ ਜਾਗਦੀ ਰਹੀ ਸਵੇਰੇ ਬੱਚੇ ਵੀ ਰੋਣ ਲੱਗ ਪਏ ਸ਼ਾਮ ਨੂੰ ਜਾ ਕੇ ਉਹਨੂੰ ਪਤਾ ਲੱਗਾ ਰੋਂਦੀ ਹੋਈ ਅਖੀਰ ਉਹ ਆ ਗਈ ਕੁਛੜ ਵਾਲੀ ਕੁੜੀ ਨੂੰ ਨਾਲ ਲੈ ਕੇ ਮੈਂ ਕਿਹਾ ਕਬਰਾਨਾ ਚੰਗੀ ਕਿਸਮਤ ਆ ਮੈਂ ਬਚ ਗਿਆ ਬੜੀ ਤੇਜ਼ਕਾਰ ਆ ਰਹੀ ਸੀ ਮੋੜ ਉਤੇ ਮੋੜ ਤੋਂ ਜ਼ਰਾ ਉਰੇ ਕਾਰ ਇੱਕਦਮ ਮੇਰੇ ਸਾਹਮਣੇ ਆ ਗਈ ਮੈਂ ਬੜਾ ਮੋੜਿਆ ਰਿਕਸ਼ੇ ਨੂੰ ਖੱਬੇ ਪਾਸੇ ਪਰ ਉਹ ਕਾਰ ਤਾਂ ਹੁਣੀ ਬਣ ਕੇ ਆ ਗਈ ਸੀ ਨਾ ਅੱਗੇ ਮਾਰ ਤੱਕਾ ਉਹ ਸੁੱਟਿਆ ਮੈਨੂੰ ਡਿਗਰੀ ਦਾ ਤਾਂ ਪਤਾ ਹੈ ਮੈਨੂੰ ਫੇਰ ਨਹੀਂ ਪਤਾ ਕੀ ਹੋਇਆ ਸਵੇਰੇ ਹਸਪਤਾਲ ਵਿੱਚ ਹੀ ਅੱਖ ਖੁੱਲੀ ਗੁੱਜੀਆਂ ਸੱਟਾਂ ਲੱਗੀਆਂ ਸਨ ਸਿਰ ਪਰ ਨੇ ਡਿੱਗਣ ਕਰਕੇ ਮੈਂ ਬੇਹੋਸ਼ ਹੋ ਗਿਆ ਸਾਂ ਸ਼ੁਕਰ ਹੈ ਰੱਬ ਦਾ ਕਿ ਮੈਂ ਬਚ ਗਿਆ ਨਹੀਂ ਤੇ ਰੁੜ ਜਾਣੇ ਸੀ ਬੀਵੀ ਬੱਚੇ ਕਿਹਨੇ ਪੁੱਛਣਾ ਸੀ ਇਹਨਾਂ ਨੂੰ ਥਾਂ ਥਾਂ ਭਟਕਦੇ ਫਿਰਨਾ ਸੀ ਹੈ ਨਾ ਉਦੋਂ ਦਾ ਉਹਦਾ ਦਿਲ ਬਹੁਤ ਛੋਟਾ ਹੋ ਗਿਆ ਬਹੁਤੀ دیر ਹੋ ਜਾਈ ਤਾਂ ਘਬਰਾ ਜਾਂਦੀ ਹੈ ਰੋਣ ਲੱਗ ਪੈਂਦੀ ਐ ਐਵੇਂ ਹੀ ਕੋਈ ਪੁੱਛੇ ਭਲਾ ਤੂੰ ਕਿਉਂ ਘਬਰਾਉਣੀ ਐ ਕੁਝ ਨਹੀਂ ਹੁੰਦਾ ਮੈਨੂੰ ਇੰਨੀ ਛੇਤੀ ਨਹੀਂ ਮਰਨ ਲੱਗਾ ਕਿਤੇ ਹਾਲੀ ਹੱਡ ਪੈਰ ਕੰਮ ਕਰਦੇ ਆ ਟੱਕਰਾਂ ਰੋਜ਼ ਥੋੜੀ ਲੱਗਦੀਆਂ ਚਾਨਸ ਦੀ ਗੱਲ ਐ ਪਰ ਉਦੋਂ ਦੁਖੀ ਬੜਾ ਹੋਏ ਸਾਂ ਆਪਾਂ ਕੋਈ ਨਾ ਬੋੜਿਆ ਮਦਦ ਨੂੰ ਕਿਸੇ ਨੇ ਨਾ ਪੁੱਛੀ ਬਾਤ ਚੱਲ ਕੀ ਹੋਇਆ ਫੇਰ ਲੰਗ ਗਈ ਨਾ ਔਖੀ ਘੜੀ ਕੀ ਕਰਨਾ ਹੋਇਆ ਹਿਰਖ ਕਿਸੇ ਉੱਤੇ ਸਾਰਿਆਂ ਨੂੰ ਆਪਣੀ ਆਪਣੀ ਪਈ ਹੋਈ ਐ ਆਪਾਂ ਵੀ ਕਿਹੜਾ ਸਵਾਰਦੇ ਆ ਕਿਸੇ ਦਾ ਕੁਝ ਠੀਕ ਐ ਤੇਰੀ ਗੱਲ ਪਰ ਜੇ ਲੋੜ ਪੈ ਜਾਏ ਤਾਂ ਆਪਾਂ ਪਿੱਛੇ ਵੀ ਤਾਂ ਨਹੀਂ ਨਾ ਹਟਦੇ ਯਾ ਦਿਨਾ ਉਦੋਂ ਦੀ ਗੱਲ ਹੋਣਾ ਕੀ ਸੀ ਮੈਂ ਇੱਕ ਵਾਰ ਜਨਾਨਾ ਹਸਪਤਾਲ ਦੇ ਬਾਹਰ ਖੜਾ ਸੀ ਇੱਕ ਜਨਾਨੀ ਨੂੰ ਲਿਆਏ ਸਟ੍ਰੈਚਰ ਉੱਤੇ ਪਾ ਕੇ ਉਹਦੇ ਨਾਲ ਪੰਜ ਸੱਤ ਬੰਦੇ ਸਨ ਤੇ ਦੋ ਤਿੰਨ ਧੀਵੀਆਂ ਉਸ ਜਨਾਨੀ ਦਾ ਵੱਡਾ ਆਪਰੇਸ਼ਨ ਕਰਨਾ ਪੈਣਾ ਸੀ ਡਾਕਟਰਾਂ ਨੇ ਖੂਨ ਲਈ ਕਿਹਾ ਉਹਨਾਂ ਬੰਦਿਆਂ 'ਚੋਂ ਕੋਈ ਅੱਗੇ ਨਾ ਗਿਆ ਬਸ ਇਹੋ ਕਹੀ ਜਾਣ ਪੈਸੇ ਜਿੰਨੇ ਮਰਜ਼ੀ ਲੈ ਲਓ ਖੂਨ ਨਹੀਂ ਅਸੀਂ ਦੇਣ ਜੋਗੇ ਚੰਗੇ ਹੱਟੇ-ਕੱਟੇ ਸਨ ਸਾਰੇ ਨੋਟਾਂ ਦੀ ਥੱਬੀ ਹੱਥਾਂ 'ਚ ਫੜੀ ਖੜਾ ਸੀ ਇੱਕ ਜਣਾ ਡਾਕਟਰ ਨੇ ਸਿਰ ਹਿਲਾ ਦਿੱਤਾ ਖੂਨ ਦੀ ਲੋੜ ਹੈ ਪੈਸੇ ਨਹੀਂ ਚਾਹੀਦੇ ਫਿਰ ਦੋ ਤਿੰਨ ਬੰਦੇ ਇੱਧਰ-ਉੱਧਰ ਨੂੰ ਆਏ ਜਿੱਥੇ ਦੋ ਤਿੰਨ ਰਿਕਸ਼ੇ ਵਾਲੇ ਖੜੇ ਸਨ ਇੱਕ ਜਣਾ ਤਾਂ ਖੂਨ ਦੇਣ ਦਾ ਨਾਂ ਸੁਣ ਕੇ ਹੀ ਖਿਸਕ ਗਿਆ ਤੇ ਦੂਜਾ ਜਣਾ ਬਹੁਤ ਬੁੱਢਾ ਸੀ ਮੈਨੂੰ ਉਹ 100 ਰੁਪਏ ਦਾ ਨੋਟ ਫੜਾਈ ਜਾਣ ਮੈਂ ਕਿਹਾ ਇਹ ਕੰਮ ਨਹੀਂ ਜੀ ਹੋਣਾ ਖੂਨ ਵੇਚਣਾ ਨਹੀਂ ਮੈਂ ਉਂਝ ਜੇ ਕਹੋ ਤਾਂ ਮੈਂ ਦੇ ਦਿੰਨਾ ਚਾਹੀ ਜਿੰਨਾ ਮਰਜੀ ਬੰਦੇ ਦਾ ਬੰਦਾ दारू ਨਾ ਹੋਊ ਤਾਂ ਕੋਈ ਹੋਰ ਕੌਣ ਹੋ ਉਹ ਜਨਾਨੀ ਦੀਆਂ ਚੀਕਾਂ ਸੁਣੀਆਂ ਨਹੀਂ ਸੀ ਜਾਂਦੀਆਂ ਮੇਰੇ ਤੋਂ ਉਹਨੂੰ ਜਦੋਂ ਅੰਦਰ ਲੈ ਜਾ ਰਹੇ ਸਨ ਤਾਂ ਉਹਦੀਆਂ ਅੱਖਾਂ ਵਿੱਚ ਕਿੰਨਾ ਦੁੱਖ ਸੀ ਮੇਰੇ ਅੰਦਰ ਪਤਾ ਨਹੀਂ ਕੀ ਹੋਇਆ ਅੱਗੇ ਹੋ ਕੇ ਮੈਂ ਕਿਹਾ ਟੈਸਟ ਕਰਾ ਲਓ ਮੇਰਾ ਖੂਨ ਪਰ ਟੈਸਟ ਕਰਾਂ ਦੀ ਲੋੜ ਨਹੀਂ ਖੂਨ ਤਾਂ ਡਾਕਟਰਾਂ ਨੇ ਆਪਣੇ ਕੋਲੋਂ ਲਾਉਣਾ ਸੀ ਪਰ ਖੂਨ ਦੇ ਬਦਲੇ ਖੂਨ ਮੰਗਦੇ ਸਨ ਪੈਸੇ ਨਹੀਂ ਮੈਨੂੰ ਲੈ ਗਏ ਇੱਕ ਕਮਰੇ ਵਿੱਚ ਤੇ ਲਟਾ ਦਿੱਤਾ ਇੱਕ ਤਕਤ ਉੱਤੇ ਮੇਰੀ ਬਾਹ ਉੱਤੇ ਕੁਝ ਬਨ ਕੇ ਸੋਈ ਖਬੋਉ ਦਿੱਤੀ ਤੇ ਨਾਲੀ ਵਿੱਚੋਂ ਲਾਲ ਲਾਲ ਖੂਨ ਪਰੇ ਪਈ ਹੋਈ ਬੋਤਲ ਵਿੱਚ ਜਾਣ ਲੱਗ ਪਿਆ ਮੈਂ ਅੱਖਾਂ ਬੰਦ ਕਰ ਲੀਆਂ ਕੁਝ ਚਿਰ ਪਿੱਛੋਂ ਮੇਰੀ ਬਾਹ ਵਿੱਚੋਂ ਸੋਈ ਕੱਢ ਦਿੱਤੀ ਗਈ ਤੇ ਪੱਟੀ ਖੋਲ ਦਿੱਤੀ ਗਈ ਫਿਰ ਮੈਂ ਉੱਠ ਕੇ ਬੈਠ ਗਿਆ ਉਹਨਾਂ ਵਿੱਚੋਂ ਇੱਕ ਬੰਦਾ ਦੁੱਧ ਦਾ ਵੱਡਾ ਗਲਾਸ ਲੈ ਕੇ ਖੜਾ ਸੀ ਦੁੱਧ ਮੈਂ ਹੌਲੀ-ਹੌਲੀ ਪੀਣ ਲੱਗ ਪਿਆ ਉੱਥੇ ਲੇਟੇ-ਲੇਟੇ ਮੈਨੂੰ ਖਿਆਲ ਆਇਆ ਕਿ ਹੁਣ ਮੈਂ 3-4 ਦਿਨ ਕੰਮ ਨਹੀਂ ਕਰ ਸਕਾਂਗਾ ਕਰਦਾ ਕੰਮ ਕਿਵੇਂ ਚੱਲੇਗਾ ਰੁਪਏ ਲੈ ਲੈਣੇ ਠੀਕ ਸੀ ਫਿਰ ਮੈਨੂੰ ਖਿਆਲ ਆਇਆ ਕਿ ਜੇ ਮੈਂ ਰੁਪਏ ਲੈ ਲਏ ਤਾਂ ਸੇਵਾ ਕਾਦੀ ਬੰਦੇ ਦਾ ਬੰਦਾ दारू ਹੁੰਦਾ ਪਰ ਘਰ ਤਾਂ ਗੁਜ਼ਾਰਾ ਤਾਂ ਚੱਲਣਾ ਚਾਹੀਦਾ ਚੰਗਾ ਜੇ ਉਹ ਫੇਰ ਕਹਿਣਗੇ ਤਾਂ ਮੈਂ ਕਹਿ ਦਿਆਂਗਾ ਥੋੜੇ ਦੇ ਦਿਓ ਐਨੇ ਨਹੀਂ ਆਪਾਂ ਕਮਾਈ ਨਹੀਂ ਕਰਨੀ ਬਸ ਗੁਜ਼ਾਰੇ ਜੋਗੇ ਦੁੱਧ ਪੀਣ ਪਿੱਛੋਂ ਮੈਂ ਤਖਤ ਉਤੋਂ ਥੱਲੇ ਉਤਰਿਆ ਜੁੱਤੀ ਪਾਈ ਤੇ ਮੈਂ ਬਾਹਰ ਆ ਗਿਆ। ਉਹ ਸਾਰੇ ਜਣੇ ਆਪਰੇਸ਼ਨ ਵਾਲੇ ਕਮਰੇ ਕੋਲ ਖੜੇ ਸਨ। ਮੈਂ ਉਹਨਾਂ ਨੂੰ ਵੇਖ ਲਿਆ ਸੀ ਪਰ ਉਹ ਮੇਰੇ ਵੱਲ ਨਹੀਂ ਸੀ ਵੇਖ ਰਹੇ। ਮੈਂ ਪੱਜੀ ਪੱਜੀ ਉਹਨਾਂ ਕੋਲ ਚੱਲ ਆ ਗਿਆ। ਉਹਨੇ ਚੋਂ ਇੱਕ ਨਰਸ ਅੰਦਰੋਂ ਨਿਕਲੀ ਤੇ ਕਹਿਣ ਲੱਗੀ, "ਮੁਬਾਰਕਾਂ ਲੜਕਾ ਹੋਇਆ।" ਉਹ ਸਾਰੇ ਖੁਸ਼ ਹੋ ਗਏ ਤੇ ਮੈਂ ਵੀ ਖੁਸ਼ ਹੋ ਗਿਆ। "ਚੰਗਾ ਜੀ, ਮੇਰੇ ਵੱਲੋਂ ਵਧਾਈ ਤੁਹਾਨੂੰ।" ਮੈਂ ਹੱਥ ਜੋੜਦੇ ਹੋਏ ਕਿਹਾ। ਉਹਨਾਂ ਵਿੱਚੋਂ ਇੱਕ ਜਣਾ ਮੂੰਹ ਵਿੱਚ ਕੁਝ ਬੋਲਿਆ। ਬਾਕੀ ਦੇ ਇੱਧਰ ਉੱਧਰ ਚਾਕਣ ਲੱਗ ਪਏ। ਮੈਂ ਉੱਥੋਂ ਮੁੜ ਆਇਆ ਅੰਦਰੋਂ ਮੈਂ ਖੁਸ਼ ਸੀ ਕਿ ਮੈਂ ਕਿਸੇ ਦੀ ਸੇਵਾ ਕਰ ਸਕਿਆ ਸਾਂ ਰਿਕਸ਼ੇ ਦੇ ਕੋਲ ਆ ਕੇ ਮੈਨੂੰ ਚੱਕਰ ਜਿਹਾ ਆ ਗਿਆ ਮੈਂ ਪਿਛਲੀ ਸੀਟ ਉੱਤੇ ਬੈਠ ਗਿਆ ਤੇ ਕਈ ਜਣੇ ਪੁੱਛਣ ਲਈ ਆਏ ਪਰ ਮੈਂ ਸਿਰ ਹਿਲਾ ਦਿੱਤਾ ਤੇ ਸਭ ਨੂੰ ਜਵਾਬ ਦੇ ਦਿੱਤਾ ਅਖੀਰ ਮੈਂ ਚੱਲ ਪਿਆ ਘਰ ਨੂੰ ਹੌਲੀ-ਹੌਲੀ ਘਰ ਪਹੁੰਚਿਆ ਤਾਂ ਮੈਨੂੰ ਦੇਖ ਕੇ ਤਾਰੂ ਬਹੁਤ ਘਬਰਾ ਗਈ ਮੈਂ ਉਸ ਨੂੰ ਹੌਸਲਾ ਦਿੱਤਾ ਤੇ ਰੋਟੀ ਖਾ ਕੇ ਸੌਂ ਗਿਆ ਫਿਰ ਉੱਠ ਕੇ ਚਾਹ ਪੀ ਕੇ ਮੈਂ ਕੁਝ ਦਿਨ ਗੱਲਾਂ ਕਰਦਾ ਰਿਹਾ ਜਦੋਂ ਮੈਂ ਸਾਰੀ ਗੱਲ ਦੱਸੀ ਤਾਰੂ ਨੂੰ ਤਾਂ ਉਹ ਕਹਿਣ ਲੱਗੀ ਦਿੱਤਾ ਕੀ ਹੈ ਉਹਨਾਂ ਨੇ ਮੈਂ ਦੱਸ ਦਿੱਤਾ ਕਿ ਮੈਂ ਕੁਝ ਨਹੀਂ ਲੱਤਾ ਉਹਨਾਂ ਕੋਲੋਂ ਪਹਿਲਾਂ ਤਾਂ ਉਹ ਮੇਰੇ ਵੱਲ ਤੱਕਦੀ ਰਹੀ ਜਿਵੇਂ ਉਸ ਨੂੰ ਮੇਰੀ ਗੱਲ ਤੇ ਯਕੀਨ ਨਾ ਰਿਹਾ ਹੋਵੇ ਫਿਰ ਉਹ ਚੁੰਨੀ ਨੂੰ ਮੂੰਹ ਵਿੱਚ ਦੇ ਕੇ ਰੋਣ ਲੱਗ ਪਈ ਮੇਰੇ ਅੰਦਰ ਜਿਵੇਂ ਪੱਠੀ ਵੱਲ ਰਹੀ ਹੋਵੇ ਮੇਰੀਆਂ ਅੱਖਾਂ ਤੇ ਪੁੜਪੜੀਆਂ ਪਖਣ ਲੱਗ ਪਈਆਂ ਮੇਰੇ ਹੱਥਾਂ 'ਚੋਂ ਸੇਕ ਨਿਕਲਣ ਲੱਗ ਪਿਆ ਮੈਨੂੰ ਜੋ ਮਰਜੀ ਕਹਿ ਲੰਦੀ ਪਰ ਰੋਣ ਦਾ ਕੀ ਕੰਮ ਮੇਰਾ ਅੰਦਰ ਸੜ ਗਿਆ ਉਸ ਦਿਨ ਤਾਂ ਮੈਂ ਘਾਰ ਹੀ ਰਿਹਾ ਪਰ ਅਗਲੇ ਦਿਨ ਮੈਂ ਸਵੇਰੇ 6 ਵਜੇ ਸਟੇਸ਼ਨ ਉੱਤੇ ਪੁੱਜ ਗਿਆ ਰੋਜ਼ ਵਾਂਗੂ ਉਸ ਦਿਨ ਮੈਨੂੰ ਸਵਾਰੀ ਵੀ ਮਿਲੀ ਤੇ ਦੂਰ ਦੀ ਤੇ ਬਹੁਤੇ ਸਮਾਨ ਵਾਲੀ ਹਰੇੜਪਿਆ ਕੰਮ ਦੁਬਾਰਾ ਆ ਗਈ ਹੌਲੀ ਹੌਲੀ ਤਾਕਤ ਆਪਾਂ ਨੇ ਕਦੇ ਕੀਤਾ ਇਸ ਗੱਲ ਦਾ ਹਿਰਕ ਤਾਰੋ ਕਦੀ ਕਦੀ ਛੇੜਨ ਲੱਗ ਪੈਂਦੀ ਐ ਹੁਣ ਨਹੀਂ ਕਦੇ ਦੇਣਾ ਕਿਸੇ ਸ਼ਹਿਰਨ ਨੂੰ ਖੂਨ ਛੱਡ ਬੰਦਿਆ ਪੁਰਾਣੀਆਂ ਗੱਲਾਂ ਕੀ ਪਿਆ ਇਨ੍ਹਾਂ ਗੱਲਾਂ ਵਿੱਚ ਹੁਣ ਤੋਂ ਚੱਲ ਇੱਧਰ ਦੀ ਸਿੱਧੀ ਘਰ ਨੂੰ ਜਾਂਦੀ ਐ ਸੜਕ ਸਿੱਧੀ ਤਾਂ ਨਹੀਂ ਦੋ ਤਿੰਨ ਮੋੜ ਕੱਟਣੇ ਹੀ ਪੈਣੇ ਐ ਪਰ ਪੈਂਦੀ ਤਾਂ ਨੇੜੇ ਹੀ ਐ ਇਹ ਕੌਣ ਖੜਿਆ ਸੜਕ ਵਿੱਚ ਇਹਦੇ ਹੱਥ ਵਿੱਚ ਤਾਂ ਬੋਤਲ ਫੜੀ ਹੋਈ ਹੈ ਸ਼ਰਾਬ ਦੀ ਚੁੱਪ ਕਰਕੇ ਲੰਘ ਇਹਦੇ ਕੋਲ ਦੀ ਇਹੋ ਜਿਹੇ ਬੰਦੇ ਗਲ ਪੈ ਜਾਣ ਤਾਂ ਖਿਹੜਾ ਹੀ ਨਹੀਂ ਛੱਡਦੇ pô ਇਹਨਾਂ ਕੋਲੋਂ ਦੂਰੀ ਰਹਿਣਾ ਚੰਗਾ ਕਿਵੇਂ ਵੇਖ ਰਿਹਾ ਘੂਰ ਘੂਰ ਕੇ ਤੂੰ ਆਪ ਹੀ ਹੋਲੀ ਕਰ ਲੈ ਰਿਕਸ਼ਾ ਗੱਲ ਸੁਣਾਏ ਇੱਧਰ ਆ ਦੱਸੋ ਜੀ ਕੀ ਗੱਲ ਹੈ ਤੂੰ ਸਾਨੂੰ ਗੱਲ ਪੁੱਛਦਾ ਤੂੰ ਸਾਨੂੰ ਜਾਣਦਾ ਨਹੀਂ ਅਸੀਂ ਕੌਣ ਆ ਵੱਡੇ ਆਦਮੀ ਹੋ ਜੀ ਤੁਸੀਂ ਮੈਂ ਕੋਈ ਮਾਮੂਲੀ ਆਦਮੀ ਨਹੀਂ ਇਨਸਪੈਕਟਰ ਆ ਮੈਂ ਵੱਡਾ ਚੰਗਾ ਜੀ ਤੇ ਮੈਨੂੰ ਬਿਠਾ ਰਿਕਸ਼ਾ ਵਿੱਚ ਬੈਠ ਜਾਓ ਜੀ ਬੈਠ ਜਾਓ ਪਾ ਵੜ ਕੇ ਬਿਠਾ ਲ ਲਓ ਜੀ ਬੈਠ ਜਾਓ ਗੁੱਸੇ ਕਿਉਂ ਹੁੰਦੇ ਹੋ ਐਵੇਂ ਬਹੁਤ ਚਵੜ ਚਵੜਨਾ ਕਰ ਸਿੱਧੀ ਤਰ੍ਹਾਂ ਰਿਕਸ਼ਾ ਚਲਾ ਜਾਣਾ ਕਿੱਥੇ ਹੈ ਕਿਤੇ ਵੀ ਜਾਣਾ ਹੋਵੇ ਤੂੰ ਰਿਕਸ਼ਾ ਚਲਾ ਅਜੀਬ ਬੰਦਾ ਇਹ ਵੀ ਮੈਂ ਸੋਚਿਆ ਕਿ ਕੀ ਖੇਬੜਨਾ ਇਸ ਨਾਲ ਮੈਂ ਚੱਲ ਪਿਆ ਹੌਲੀ ਹੌਲੀ ਅੱਗੇ ਰੇਲ ਦਾ ਪੁਲ ਸੀ ਮੈਂ ਉੱਤਰ ਕੇ ਰਿਕਸ਼ਾ ਖਿੱਚਣ ਲੱਗ ਪਿਆ ਬੋਤਲ ਵਿੱਚੋਂ ਘੁੱਟ ਭਰ ਲੈਂਦਾ ਸੀ ਕਦੇ ਕਦੇ ਸ਼ਰਾਬ ਉਹਦੇ ਕੱਪੜਿਆਂ ਉੱਤੇ ਰੁੱੜ ਰਹੀ ਸੀ ਪਰ ਉਹਨੂੰ ਸੂਰਤ ਨਹੀਂ ਸੀ ਆਪਣੀ ਉਦੀ ਪੱਗ ਵੀ ਢਿੱਲੀ ਹੋਈ ਪਈ ਸੀ ਹੁਣੇ ਲੱਥੀ ਹੁਣੇ ਲੱਥੀ ਐਦਾਂ ਪੁਲ ਉੱਤੇ ਪਹੁੰਚ ਕੇ ਮੈਂ ਰਿਕਸ਼ਾ ਨੂੰ ਉੱਤੇ ਚੜਨ ਲੱਗਾ ਤੇ ਉਹ ਚੀਕਣ ਲੱਗ ਪਿਆ ਐਧਰ-ਗਿੱਧਰ ਲੈ ਕੇ ਆਇਆ ਤੂੰ ਤੁਸੀਂ ਆਪ ਹੀ ਤਾਂ ਕਿਹਾ ਸੀ ਚੱਲਦਾ ਚੱਲ ਓਏ ਮੈਂ ਤਾਂ ਜਾਣਾ ਮਾਡਲ ਟਾਊਨ ਤੁਸੀਂ ਪਹਿਲਾਂ ਹੀ ਕਹਿ ਦਿੰਦੇ ਚੁੱਪ ਕਰ ਜਾ ਐਵੇਂ ਨਾ ਬੋਲੀ ਜਾ ਮੈਂ ਚੁੱਪ ਕਰ ਗਿਆ ਫਿਰ ਹੋਰ ਵੇਲਾ ਹੁੰਦਾ ਤਾਂ ਮੈਂ ਦੋ ਚਾਰ ਸੁਣਾ ਦੇਣੀਆਂ ਸੀ ਇਸ ਤਰ੍ਹਾਂ ਦੇ ਬੰਦੇ ਨੂੰ ਕੋਈ ਕਵੇ ਵੀ ਤਾਂ ਕੀ ਆਪਣੀ ਤਾਂ ਹੋਸ਼ ਹੈ ਨਹੀਂ ਇਸ ਨੂੰ ਪੱਗ ਲੱਥ ਕੇ ਗਲ ਵਿੱਚ ਪੈ ਜਾਣ ਵਾਲੀ ਐ ਤੇ ਅੱਖਾਂ ਕਿਵੇਂ ਬੰਦ ਕੀਤੀਆਂ ਹੋਈਆਂ ਸੂ ਬ੍ਰੇਕਅ ਮਾਰਾ ਨਾ ਜਰ ਆ ਤਾਂ ਉੱਪ ਪਵੇ ਜਾ ਕੇ ਮੁੱਦੜੇ ਨੂੰ ਵੱਡਾ ਇੰਸਪੈਕਟਰ ਬਣਿਆ ਫਿਰਦਾ ਹੈ ਕਹੀਂ ਵੇਖੇ ਨੇ ਇਹੋ ਜਿਹੇ ਓਏ ਰੋਕ ਇੱਥੇ ਕੀ ਗੱਲ ਐ ਪਿਸ਼ਾਬ ਕਰਨਾ ਹੈ ਹੋਰ ਕੀ ਗੱਲ ਐ ਲਓ ਜੀ ਕਰ ਲਓ ਉੱਤਰ ਕੇ ਓਏ ਉਤਾਰ ਥੱਲੇ ਲਓ ਇੱਧਰ ਕਰ ਲਓ ਤੂੰ ਕਿੱਥੇ ਚੱਲਿਆ ਮੈਂ ਖੜਾ ਵਾਂ ਇੱਥੇ ਮੈਂ ਕਿੱਥੇ ਜਾਣਾ ਤੂੰ ਮੇਰੇ ਕੋਲ ਖਲੋ ਪਤਾ ਲੱਗ ਗਿਆ ਇੱਕ ਵਾਰ ਕੀ ਵਾਰੀ ਵਾਰੀ ਦੱਸੀ ਜਾਂਦਾ ਇੱਕੋ ਗੱਲ ਬਾਜੇ ਬੰਦੇ ਵੀ ਲੇਜੀ ਹੁੰਦੇ ਆ ਇੱਕ ਵਾਰ ਮਗਰ ਪੈ ਜਾਣ ਤਾਂ ਖੜਾ ਹੀ ਨਹੀਂ ਛੱਡਦੇ ਤੂੰ ਕੋਣ ਮੈਂ ਖਾਮਖਾ ਹੋਰ ਕੀ ਐਵੇਂ ਰੋ ਪਾਈ ਜਾਣਗੇ ਗੱਲ ਉੱਤੇ ਉਂਝ ਬੰਦਾ ਤੂੰ ਮਾੜਾ ਨਹੀਂ ਨਹੀਂ ਜੀ ਉਸਨੇ ਮੈਨੂੰ ਧੋਖਾ ਦੇ ਦਿੱਤਾ ਏ ਕਿਹਨੇ ਜੀ ਉਹ ਕਾਰਖਾਨੇ ਵਾਲੇ ਨੇ ਕੀ ਗੱਲ ਹੋਈ ਏ ਜੀ 500 ਕਹਿ ਕੇ 300 ਦਿੱਤੇ ਇਹ ਤਾਂ ਬੜੀ ਮਾੜੀ ਗੱਲ ਐ ਫਿਗਰ ਨਾ ਕਰ ਮੈਂ ਸਿੱਧਾ ਕਰ ਦਿਆਂਗਾ ਉਹ ਤਾਂ 300 ਵੀ ਬੜਿਆ ਓਏ ਤੂੰ ਕਿਉਂ ਪੁੱਛਦਾ ਇਹ ਗੱਲਾਂ ਮੈਂ ਕਦੋਂ ਪੁੱਛਦਾ ਜੀ ਚੁੱਪ ਕਰਕੇ ਚਲਾਈ ਜਾ ਰਿਕਸ਼ਾ ਚੰਗਾ ਜੀ ਮੈਨੂੰ ਬਹੁਤ ਗੁੱਸਾ ਆ ਗਿਆ ਮੈਂ ਕਦੇ ਇਸ ਤਰ੍ਹਾਂ ਇਨ ਨਹੀਂ ਸੀ ਮੰਨੀ ਜੇ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਹੀ ਸੁਣਨੀਆਂ ਸੀ ਤਾਂ ਆਪਾਂ ਕੋਈ ਹੋਰ ਕੰਮ ਕਰ ਲੈਂਦੇ ਗੁਲਾਮੀ ਵਾਲਾ ਪਿੰਡ ਹੀ ਰਹਿ ਜਾਂਦੇ ਕਦੇ-ਕਦੇ ਸਰਦਾਰਾਂ ਦੀਆਂ ਕੁਰਕੀਆਂ ਸਹਾਰ ਲੈਂਦੇ ਮੋਜਾਂ ਤਾਂ ਘਰੀ ਜਾਂਦੇ ਖੈਰ ਮੋਜਾਂ ਤਾਂ ਕੀ ਕਰਨੀਆਂ ਸੀ ਬਸ ਡੰਗ ਟਪਾਈ ਜਾਂਦੇ ਇਸੇ ਪਿੱਛੇ ਤਾਂ ਆਪਣਾ ਇੱਕ ਕੰਮ ਕੀਤਾ ਕਿ ਕਿਸੇ ਦਾ ਦਬਾਅ ਨਹੀਂ ਚੱਲਣਾ ਕਿਸੇ ਨੂੰ ਵਾਦੂ ਕੁਝ ਕਹਿਣਾ ਨਹੀਂ ਤੇ ਕਿਸੇ ਕੋਲੋਂ ਵਾਦੂ ਕੁਝ ਸੁਣਨਾ ਨਹੀਂ ਉੱਤਰ ਜਾਵੋ ਜੀ ਸਰਦਾਰ ਜੀ ਇਹ ਤਾਂ ਉਹ ਗਲੀ ਨਹੀਂ ਹੈ ਪਾਵੇਂ ਕੋਈ ਹੋਵੇ ਹੁਣ ਤੁਸੀਂ ਉੱਤਰ ਜਾਓ ਚੰਗਾ ਖਾ ਅੱਗੇ ਹੋਰ ਥੋੜਾ ਜਿਆ ਨਹੀਂ ਉਤਰ ਖੋ ਮਿਕ ਵੀਰ ਮੇਰਾ ਗੁੱਸਾ ਨਹੀਂ ਗਰੀਦਾ ਆਲਾ ਫੜ ਤੂੰ ਵੀ ਪੀ ਘੁੱਟ ਨਹੀਂ ਮੈਂ ਨਹੀਂ ਜੀ ਪਿੰਦਾ ਅੱਜ ਤਾਂ ਜ਼ਰੂਰ ਪੀ ਅੱਜ ਤਾਂ ਨਵਾਂ ਸਾਲ ਚੜਿਆ ਚੜਿਆ ਹੋਏਗਾ ਜੀ ਮੈਨੂੰ ਕੀ ਓਏ ਸਾਰਿਆਂ ਲਈ ਚੜਿਆ ਲੈ ਫੜ ਪੀ ਲੈ ਡੀਕ ਲਾ ਕੇ ਉਨੇ ਬਦੋਬਦੀ ਮੇਰੇ ਮੂੰਹ ਨੂੰ ਲਾ ਦਿੱਤੀ ਜਦੋਂ ਉਹਨੇ ਮੈਨੂੰ ਮੇਰਾ ਵੀਰ ਕਿਹਾ ਤਾਂ ਮੇਰਾ ਗੁੱਸਾ ਕੱਟ ਗਿਆ ਪਹਿਲਾਂ ਕਦੇ-ਕਦੇ ਪੀ ਲਈਦੀ ਸੀ ਪਰ ਹੁਣ ਤਾਂ ਬਹੁਤ ਚਿਰ ਹੋ ਗਿਆ ਹੱਥ ਲਾਇਆ ਆਪਣੇ ਸਾਲੇ ਦੇ ਮੁੰਡੇ ਦੇ ਮੰਗਣੇ ਤੇ ਪੀਤੀ ਸੀ ਪਰ ਫੇਰ ਨਹੀਂ ਪੀਤੀ ਇੱਕ ਵਾਰੀ ਬਹੁਤ ਹੀ ਭਿੱਜ ਗਿਆ ਸੀ ਮੈਂ ਮੀਂਹ ਵਿੱਚ ਘਰ ਮੁੜਦਾ ਹੋਇਆ ਇੱਕ ਪਉਆ ਲਿਆਇਆ ਸੀ ਮੈਂ ਵੇਖਦਿਆਂ ਸਾਰੀ ਤਾਰੋ ਚੀਕਣ ਲੱਗ ਪਈ ਅਖੇ ਘਰ ਵਿੱਚ ਤਾਂ ਟੁੱਕਰ ਨਹੀਂ ਖਾਣ ਨੂੰ ਤੇ ਤੂੰ ਬੋਤਲਾਂ ਪਿੰਦਾ ਫਿਰਦਾ ਚੁੱਪ ਕਰਕੇ ਰੱਖ ਦਿੱਤੀ ਮੈਂ ਪਰੇ ਤੇ ਸਵੇਰੇ ਪਉਆ ਉਹ ਦੁਕਾਨ ਤੇ ਵਾਪਸ ਕਰਤਾ ਚਾਰਾਂ ਨੇ ਘੱਟ ਲਏ ਉਸਨੇ ਆਪਾਂ ਤਾਂ ਉਹਦੀ ਵਾਸ਼ਨਾ ਵੀ ਨਹੀਂ ਸੀ ਲੱਤੀ ਤੇ ਉਸਨੇ ਚਾਰਾਂ ਨਵੇਂ ਘੱਟ ਲਏ ਚਲੋ ਹੋਊ ਉਹਦਾ ਬਣਦਾ ਜਾਏ ਕਿ ਆਪ ਤਾਂ ਕੁਝ ਰੱਖ ਆਪਣੇ ਕੋਲ ਹੀ ਸਾਰੀ ਇਹ ਤਾਂ ਦੋ ਤਿੰਨ ਛਟਾਕਾਂ ਪਈ ਹੈ ਜੀ ਹਾਲੇ ਫੇਰ ਕੀ ਹੋਇਆ ਰੱਖ ਲੈ ਆਪਣੇ ਕੋਲ ਨਹੀਂ ਜੀ ਤੁਸੀਂ ਪੀ ਲੋ ਇਹ ਮੈਂ ਨਹੀਂ ਪੀਣੀ ਹੋਰ ਮੈਂ ਨਹੀਂ ਪੀਣੀ ਹੋਰ ਸਜਨਵਾ ਮੈਂ ਨਹੀਂ ਪੀਣੀ ਹੋਰ ਮੇਰਾ ਹਾਸਾ ਨਿਕਲ ਗਿਆ ਉਹ ਹੱਥ ਤਾਂ ਚੱਕ ਕੇ ਦੂਸਰਾਲਾ ਹੱਥ ਤੇ ਰੱਖ ਕੇ ਨੱਚਣ ਲੱਗ ਪਿਆ ਔਰ ਰਿਕਸ਼ਾ ਤਾਂ ਥੋੜੀ ਦੂਰ ਤੱਕ ਨੱਚਦਾ ਹੋਇਆ ਚਲਾ ਗਿਆ ਤੇ ਮੈਂ ਉੱਥੇ ਹੀ ਬੈਠਾ ਉਸ ਵੱਲ ਵੇਖ ਕੇ ਹਾਸਦਾ ਰਿਹਾ ਸ਼ਰਾਬ ਮੇਰੇ ਸਿਰ ਨੂੰ ਚੜhti ਜਾ ਰਹੀ ਸੀ ਮੇਰੀਆਂ ਆਂਦਰਾਂ ਵਿੱਚ ਅੱਗ ਜਹੀ ਲੱਗ ਗਈ ਸੀ ਮੈਂ ਬੋਤਲ ਵਗਾਹ ਮਾਰੀ ਫਿਰ ਮੈਨੂੰ ਅਫਸੋਸ ਹੋਣ ਲੱਗਾ ਕਿ ਬੋਤਲ ਤੋੜਨ ਦਾ ਕੀ ਕੰਮ ਸੀ ਕਿਸੇ ਕੰਮ ਆ ਜਾਂਦੀ ਚੱਲ ਕਿਸ ਕੰਮ ਹੋਣੀ ਸੀ ਮਿੱਟੀ ਦਾ ਤੇਲ ਤਾਂ ਉਂਝ ਨਹੀਂ ਮਿਲਦਾ ਜੇ ਕਿਤੇ ਮਿਲ ਜਾਏ ਤਾਂ ਆਪਾਂ ਬੋਤਲ ਹੀ ਲਿਓਣੀ ਹੁੰਦੀ ਹੈ ਉਹਦੇ ਲਈ ਤਾਂ ਅੱਗ ਹੀ ਲੱਗੀ ਹੋਈ ਆ ਇੱਕ ਬੋਤਲ ਫੇਰ ਕੀ ਕਰਨੀ ਸੀ ਹੋਰ ਚੰਗਾ ਹੋਇਆ ਜੋ ਟੁੱਟ ਗਈ ਬੈਠੋ ਸਰਦਾਰ ਜੀ ਚੱਲੀਏ ਹੁਣ ਚੱਲਿਏ ਹਾਂਜੀ ਚੱਲ ਫਿਰ ਮੋਡਲ ਟਾਊਨ ਉੱਥੇ ਤਾਂ ਆਪੜੇ ਆਪਾਂ ਔ ਰਿਕਸ਼ੇ ਤੋਂ ਉਤਰਿਆ ਤੇ ਸਾਹਮਣੇ ਉਹ ਰਿਕਸ਼ੇ ਤੋਂ ਉਤਰਿਆ ਤੇ ਸਾਹਮਣੇ ਘਰ ਦਾ ਬਾਹਰਲਾ ਗੇਟ ਖੋਲ ਕੇ ਅੰਦਰ ਚਲਾ ਗਿਆ ਅੰਦਰ ਜਾ ਕੇ ਉਸਨੇ ਟੱਲੀ ਵਜਾਈ ਕਿਸੇ ਨੇ ਦਰਵਾਜ਼ਾ ਖੋਲ੍ਹਿਆ ਉਹ ਕੁਝ ਬੁੜਬੁੜ ਕਰਦਾ ਹੋਇਆ ਅੰਦਰ ਚਲਾ ਗਿਆ ਮੈਂ ਉੱਥੇ ਖੜਾ ਉਡੀਕਦਾ ਰਿਹਾ ਉਸ ਨੂੰ ਉਹ ਛੇਤੀ ਨਾਲ ਹੀ ਉੱਤਰ ਗਿਆ ਸੀ ਰਿਕਸ਼ਾ ਵਿੱਚੋਂ ਬਾਹਰ ਦਾ ਲੱਕੜ ਦਾ ਗੇਟ ਖੋਲ ਕੇ ਉਹ ਛੇਤੀ ਨਾਲ ਅਗਾਹ ਹੋ ਗਿਆ ਸੀ ਤੇ ਫਿਰ ਅੰਦਰ ਦਾ ਦਰਵਾਜ਼ਾ ਖੁੱਲਦਿਆਂ ਹੀ ਉਹ ਅਲੋਪ ਹੋ ਗਿਆ ਥੋੜੀ دیر ਮੈਂ ਅਹਿਸਾਸ ਵਿੱਚ ਉੱਥੇ ਖੜਾ ਰਿਹਾ ਕਿ ਅੰਦਰੋਂ ਹੂ ਕਿਸੇ ਦੇ ਹੱਥ ਪੈਸੇ ਘੱਲੇਗਾ ਮੈਂ ਅੱਗੇ ਵੱਧ ਕੇ ਬੂਹਾ ਖੜਕਾਉਣ ਬਾਰੇ ਸੋਚਿਆ ਕਿ ਪੈਸੇ ਕਿਉਂ ਛੱਡ ਕੇ ਜਾਣੇ ਆਪਣੇ ਮੈਂ 2-3 ਵਾਰ ਅੰਦਰਲਾ ਬੂਹਾ ਖੜਕਾਇਆ ਤੇ ਕੋਈ ਆਵਾਜ਼ ਨਹੀਂ ਕਿਸੇ ਪਾਸਿੋਂ ਫਿਰ ਮੈਂ ਜ਼ੋਰ-ਜ਼ੋਰ ਦੀ ਦਰਵਾਜ਼ਾ ਭੰਨਿਆ ਕੋਈ ਹਿਲਜੁਲ ਨਾ ਹੋਈ ਅੰਨੇ ਚਿੱਕ ਕੁੱਤਾ ਪਤਾ ਨਹੀਂ ਕਿੱਥੋਂ ਬਾਹਰ ਦੇ ਗੇਟ ਵਿੱਚ ਆਣ ਵੜਿਆ ਉਹ ਭੌਂਕਦਾ ਹੋਇਆ ਮੇਰੇ ਵੱਲ ਆ ਰਿਹਾ ਸੀ ਮੈਂ ਜੁੱਤੀ ਲਾ ਕੇ ਹੱਥ ਵਿੱਚ ਫੜ ਲਈ ਤੇ ਉਸਨੂੰ ਡਰਾਇਆ ਉਹ ਭੌਂਕੀ ਗਿਆ ਜੁੱਤੀ ਨਾਲ ਉਸ ਵੱਲ ਭਗਾ ਕੇ ਮਾਰੀ ਉਹਨੂੰ ਵੱਜੀ ਤਾਂ ਨਹੀਂ ਪਰ ਉਹ ਪਰੇ ਹਟ ਗਿਆ ਮੈਂ ਛੇਤੀ ਨਾਲ ਬਾਹਰ ਆ ਗਿਆ ਜੁੱਤੀ ਨਾਲ ਲੱਭੀ ਕਿੰਨੀ ਦੇਰ ਉਹ ਥੋੜੀ ਦੂਰ ਖੜਾ ਹੋ ਕੇ ਭੋਂਕਦਾ ਰਿਹਾ ਆਖਰ ਮੈਨੂੰ ਲੱਭ ਪਈ ਜੁੱਤੀ ਮੈਂ ਚੁੱਪ ਕਰਕੇ ਰਿਕਸ਼ੇ ਉੱਤੇ ਆ ਬੈਠਾ ਤੇ ਚੱਲ ਪਿਆ ਬਾਹਰਲੀ ਸੜਕ ਵੱਲ ਉਸ ਬੰਦੇ ਨੇ ਠੀਕ ਨਹੀਂ ਸੀ ਕੀਤਾ ਮੇਰੇ ਨਾਲ ਇੰਨਾ ਵਕਤ ਵੀ ਬਰਬਾਦ ਹੋਇਆ ਤੇ ਹੱਥ ਵੀ ਕੁਝ ਨਹੀਂ ਆਇਆ ਅੱਗੋਂ ਮੈਂ ਸੱਜੇ ਨੂੰ ਮੁੜ ਗਿਆ ਤੇ ਖਾਲੀ ਸੀ ਉਹ ਸੜਕ ਉਸ ਦਿਨ ਖਾਲੀ ਹੁੰਦੀ ਆ ਉਹ ਸੜਕ ਰਾਤ ਨੂੰ ਕਿਸੇ ਨੇ ਨਹੀਂ ਆਉਣਾ ਹੁੰਦਾ ਉਧਰੋਂ ਅੱਗੋਂ ਫਾਟਕ ਵੀ ਖੁੱਲਾ ਸੀ ਚਿੱਟੀ ਬੱਤੀ ਲਿਸ਼ਕ ਰਹੀ ਸੀ ਦੋਹਾਂ ਪਾਸੇ ਜਾਰੇ ਹਸੀ ਮੇ ਅੱਗੇ ਅੱਗੇ ਫਾਟਕ ਵੀ ਲੰਘ ਗਿਆ ਅੱਗੋਂ ਮੇਰਾ ਰਿਕਸ਼ਾ ਡੱਕੇ ਡੋਲੇ ਖਾਣ ਲੱਗ ਪਿਆ ਟੁੱਟੀ ਹੋਈ ਸੜਕ ਥਾਂ ਥਾਂ ਤੋਂ ਪੱਥਰ ਹੀ ਪੱਥਰ ਖਿਲਰੇ ਹੋਏ ਸਨ ਚਾਰੇ ਪਾਸੇ ਉਦੋਂ ਵੀ ਇਸੇ ਤਰ੍ਹਾਂ ਖਿਲਰੇ ਹੋਏ ਸਨ ਪੱਥਰ ਜਦੋਂ ਲਾਹੌਰ ਦੇ ਪਾਰਲੇ ਪਿੰਡਾਂ ਵਿੱਚੋਂ ਅਸੀਂ ਆਏ ਸੀ ਇੱਥੇ ਕਿੰਨੇ ਹੀ ਮਹੀਨੇ ਰਹਿਣਾ ਪਿਆ ਸੀ ਕੈਂਪ ਵਿੱਚ ਕਿਲੇ ਦੇ ਬਾਹਰ ਵਾਰ ਹੀ ਲੱਗਾ ਹੋਇਆ ਸੀ ਕੈਂਪਾਂ ਦਾ ਮੇਲਾ ਆਪਾਂ ਵੀ ਚਲੇ ਗਏ ਇੱਕ ਵਿੱਚ ਕੰਬਲ ਤੇ ਰਜਾਈਆਂ ਮਿਲ ਗਈਆਂ ਰੋਟੀ ਮਿਲ ਜਾਂਦੀ ਸੀ ਪੱਕੀ ਪਕਾਈ ਛੋਟਾ ਹੀ ਹੁੰਦਾ ਸੀ ਉਦੋਂ ਮੈਂ ਕਈ ਗੱਲਾਂ ਭੁੱਲ ਗਈਆਂ ਮੈਨੂੰ ਹੁਣ ਫਿਰ ਸਾਡਾ ਬਾਪੂ ਉਸ ਪਿੰਡ ਵਿੱਚ ਜਾ ਬਸਿਆ ਬੜਾ ਕੰਮ ਸੀ ਉੱਥੇ ਰੱਜ ਕੇ ਰੋਟੀ ਮਿਲਦੀ ਸੀ ਕੁਝ ਵਾਰੇ ਚੰਗੇ ਬੀਤ ਗਏ ਫਿਰ ਪਤਾ ਨਹੀਂ ਕੀ ਹੋਇਆ ਤੇ ਜ਼ਮੀਨਾਂ ਵਾਲਿਆਂ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਉੱਥੇ ਰਹਿਣਾ ਔਖਾ ਹੋ ਗਿਆ ਤੇ ਆਖੀਰ ਨੂੰ ਬਾਪੂ ਦੀ ਜਾਨ ਲੈ ਲਈ ਉਹਨਾਂ ਕੁਲਕੁਲ ਕੇ ਮਰ ਗਿਆ ਉਹ ਮੈਂ ਵੀ ਮਰ ਜਾਣਾ ਸੀ ਉੱਥੇ ਹੀ ਜੇ ਮੈਂ ਇੱਥੇ ਨਾ ਹੁੰਦਾ ਤਾਂ ਇੱਥੇ ਆ ਕੇ ਵੀ ਕਿਹੜਾ ਸੁੱਖ ਮਿਲ ਗਿਆ ਬੰਤਿਆ ਕਿੱਥੋਂ ਆਜੂ ਸੁੱਖ ਸਾਡੇ ਲਈ ਹੋਰ ਥੋੜੇ ਆ ਸੁੱਖ ਭੋਗਣ ਨੂੰ ਸਾਡਾ ਤਾਂ ਉਹੀ ਹਾਲ ਰਹਿਣਾ ਭਾਵੇਂ ਪਿੰਡ ਹੋਵੇ ਤੇ ਭਾਵੇਂ ਸ਼ਹਿਰ ਐਵੇਂ ਕਿਉਂ ਯਬਖੀਆਂ ਲੈਣਾ ਬੰਤਿਆ ਹੁਣ ਤੋਂ ਕੁਝ ਵੀ ਕਰ ਸਕਦਾ ਹੁਣ ਤਾਂ ਇਹੋ ਕੁਝ ਹੋ ਗਿਆ ਨਾ ਤੇਰੇ ਜੋਗਾ ਕੰਮ ਕੋਈ ਵੀ ਹੋਵੇ ਬੰਤਿਆ ਆਪਾਂ ਨੇ ਡਰਦੇ ਪਰ ਢਿੱਡ ਪਰ ਕੇ ਰੋਟੀ ਤਾਂ ਮਿਲਣੀ ਚਾਹੀਦੀ ਹੈ ਨਾ ਇਹ ਤਾਂ ਨਹੀਂ ਕਿ ਠੀਕ ਹੀ ਹੈ ਕਿ ਦਿਨ ਰਾਤ ਹੱਡ ਵੀ ਭੰਨੀਏ ਤੇ ਫਿਰ ਹੋਂਕੇ ਵੀ ਪਰਦੇ ਰਹੀਏ ਇਨਸਾਫ ਤਾਂ ਨਹੀਂ ਨਾ ਇਹ ਆਪਾਂ ਤਾਂ ਰਾਜ ਵੀ ਨਹੀਂ ਮੰਗਦੇ ਆਪਣਾ ਹੱਕ ਮੰਗਦੇ ਆਂ ਆਉ ਵੀ ਨਹੀਂ ਮਿਲਦਾ ਇਸ ਦੁਨੀਆ ਤੇ ਕੀ ਕਰੀਏ ਕਿੱਥੇ ਜਾਈਏ ਕਿਸ ਨੂੰ ਸੁਣਾਈਏ ਆਪਣੀ ਬਿਪਤਾ ਕੋਈ ਨਹੀਂ ਸੁਣਦਾ ਸਾਡੀ ਤਾਂ ਲੈ ਉਹ ਅੰਦਰ ਜਾ ਵੜਿਆ ਪੈਸੇ ਮਾਰ ਕੇ ਬੂਹਾ ਖੜਕਾਇਆ ਤਾਂ ਕੁੱਤੇ ਭੌਂਕਣ ਲੱਗ ਪਏ ਕਰੇ ਕੀ ਬੰਦਾ ਕਿੱਥੇ ਜਾਵੇ ਜਿੰਨਾ ਚਿਰ ਨਾ ਕਹਿੰਦੇ ਜਿੰਨਾ ਚਿਰ ਕੋਈ ਰੋਵੇ ਨਾ ਮਾਂ ਵੀ ਦੁੱਧ ਨਹੀਂ ਪਿਉਂਦੀ ਬਾਲ ਨੂੰ ਆਪਾਂ ਰੋਂਦੇ ਵੀ ਆ ਤਾਂ ਵੀ ਕੋਈ ਵਰੋਂਦਾ ਨਹੀਂ ਸਾਨੂੰ ਸਗੋਂ ਹੱਸਦੇ আর ਰੋਂਦਿਆਂ ਨੂੰ ਦੇਖ ਕੇ ਚੰਗਾ ਭਾਈ ਰਾਜੀ ਰਹੋ ਹੱਸਦੇ ਰਹੋ ਗੁਰੂ ਦੀ ਨਗਰੀ ਆਬਾਦ ਰਹੇ ਆਪੇ ਸੁਣੀ ਜਾਉ ਸਾਡੀ ਨੀਲੀ ਛਤਰੀ ਵਾਲਾ ਤਾਂ ਵੇਖਦਾ ਹੀ ਹੈ ਨਾ ਆਪਣੀ ਅੱਖਾਂ ਨਾਲ ਉਹਨੂੰ ਤਾਂ ਸਭ ਕੁਝ ਦਿਨਦਾ ਹੀ ਐ ਉਹਦੇ ਤਾਂ ਕੰਨ ਵੀ ਸਭ ਕੁਝ ਸੁਣਦੇ ਐ ਕਿਹੜੀ ਗੱਲ ਲੁਕੀ ਹੋਈ ਆ ਉਸ ਤੋਂ ਫੇਰ ਉਹੀ ਗੱਲਾਂ ਬੰਤਿਆ ਲੱਗ ਪਿਆ ਨਾ ਆਪਣਾ ਰੋਣਾ ਰੋਣਾ ਕੱਢ ਆਪਣੀ ਤਕਦੀਰ ਨੂੰ ਦੋ ਚਾਰ ਗਾਲਾਂ ਤੇ ਲੈ ਰੱਬ ਦਾ ਨਾਂ ਖਾਮਰੁਖੀ ਮਿੱਸੀ ਤੇ ਠੰਡਾ ਪਾਣੀ ਪੀ ਪਰ ਅੱਗੇ ਪਹੁੰਚ ਕੇ ਰਿਕਸ਼ਾ ਆਪਣੇ ਆਪ ਰੁਕ ਗਿਆ ਜਿਵੇਂ ਉਹਨੂੰ ਪਤਾ ਲੱਗ ਗਿਆ ਹੋਵੇ ਕਿ ਘਰ ਅੱਪੜ ਪਏ ਆ ਬਾਹਰਲਾ ਬੂਹਾ ਮੈਂ ਹੋਲੀ ਜਿਹੀ ਖੜਕਾਇਆ ਭਲੀ ਲੋਕ ਆ ਗਈ ਅੰਦਰੋਂ ਉੱਠ ਕੇ ਪਹਿਲਾਂ ਉਸਨੇ ਬੂਹੇ ਦੀਆਂ ਛੀਤਾਂ ਵਿੱਚੋਂ ਬਾਹਰ ਵੇਖਿਆ ਤੇ ਫਿਰ ਬੂਹਾ ਖੋਲ ਦਿੱਤਾ ਰੋਜ਼ ਵਾਂਗੂ ਮੈਂ ਰਿਕਸ਼ੇ ਦਾ ਅਗਲਾ ਪਈਆ ਚੁੱਕ ਕੇ ਥੜੇ ਉੱਤੇ ਰੱਖ ਦਿੱਤਾ ਤੇ ਆਪ ਰਿਕਸ਼ੇ ਦੇ ਪਿਛਲੇ ਪਾਸੇ ਚਲਾ ਗਿਆ। ਉਹਨੇ ਹੈਂਡਲ ਫੜ ਲਿਆ ਤੇ ਮੈਂ ਰਿਕਸ਼ਾ ਉੱਪਰ ਚੁੱਕਿਆ ਤੇ ਉਹ ਰਿਕਸ਼ੇ ਨੂੰ ਰੇਡ ਦੀ ਹੋਈ ਅੱਗੇ ਲੈ ਗਈ। ਫਿਰ ਮੈਂ ਥੋੜਾ ਚੜ ਕੇ ਬੂਹਾ ਬੰਦ ਕਰ ਦਿੱਤਾ ਤੇ ਅੰਦਰ ਦੋਵੇਂ ਕੁੜੀਆਂ ਸੁੱਤੀਆਂ ਪਈਆਂ ਹੋਈਆਂ ਸਨ ਪਰ ਫੁੱਮਣ ਜਾਗ ਰਹੀ ਸੀ। ਉਹ ਰਜਾਈ ਜੋ ਨਿਕਲ ਕੇ ਮੰਜੀ ਤੋਂ ਥੱਲੇ ਉਤਰ ਆਇਆ ਤਾਰੂ ਰੋਟੀ ਪਾਉਣ ਲੱਗ ਪਈ ਮੈਂ ਬਾਹਰ 베ੜੇ ਵਿੱਚ ਪੰਪ ਉੱਤੇ ਹੱਥ ਮੂੰਹ ਧੋਣ ਚਲਾ ਗਿਆ। ਉਸ ਹਵੇਲੀ ਵਰਗੇ ਪੁਰਾਣੇ ਮਕਾਨ ਵਿੱਚ ਤਿੰਨ ਹੋਰ ਜਣਿਆਂ ਦੇ ਟੱਬਰ ਰਹਿੰਦੇ ਸਨ। ਦੋ ਜਣੇ ਤਾਂ ਜਵਾਲਾ ਫਲੋਰ ਮਿਲ ਵਿੱਚ ਕੰਮ ਕਰਦੇ ਸਨ ਤੇ ਇੱਕ ਜਣਾ ਲਾਗਲੇ ਸਕੂਲ ਵਿੱਚ ਚਪੜਾਸੀ ਸੀ। ਉਹ ਸਭ ਛੇਤੀ ਰੋਟੀ ਖਾ ਪੀ ਕੇ ਅੰਦਰ ਵੜ ਜਾਂਦੇ ਸਨ। ਇੱਕ ਮੈਂ دیر ਨਾਲ ਆਉਂਦਾ ਸੀ ਘਰ ਤੇ ਸਵੇਰੇ ਵੀ ਛੇਤੀ ਨਿਕਲ ਜਾਂਦਾ ਸੀ। ਹੱਥ ਮੂੰਹ ਧੋ ਕੇ ਮੈਂ ਕਮਰੇ ਵਿੱਚ ਗਿਆ ਤਾਂ ਤਾਰੋ ਦੇ ਖਾਲੀ ਹੱਥ। ਤਾਰੋ ਦੇ ਹੱਥੋਂ ਥਾਲੀ ਫੜੀ। ਚਾਰ ਰੋਟੀਆਂ ਸਨ ਤੇ ਦਾਲ ਸੀ ਮਾਂਹ ਦੀ। ਥੋੜਾ ਜਿਹਾ ਆਚਾਰ ਵੀ ਪਿਆ ਸੀ ਆਂਬ ਦਾ। ਉਸਨੂੰ ਪਤਾ ਸੀ ਕਿ ਮੈਂ ਮਹਾਂਦੀ ਦਾਲ ਬੜੇ ਸਵਾਦ ਨਾਲ ਖਾਂਦਾ ਹਾਂ ਉਚੇਜ ਕੀਤਾ ਸੀ ਉਸਨੇ ਸਵੇਰ ਦਾ ਮੈਂ ਕੁਝ ਘੁਟਿਆ-ਘੁਟਿਆ ਸਾ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਚਾਰ ਉਹ ਸ਼ਾਇਦ ਉਹਨਾਂ ਵੱਲੋਂ ਲੈ ਕੇ ਆਈ ਸੀ ਜਿਨ੍ਹਾਂ ਦੇ ਘਰ ਉਹ ਕੰਮ ਕਰਨ ਜਾਂਦੀ ਸੀ ਕਦੇ-ਕਦੇ ਕੋਈ ਦਾਲ ਸਬਜ਼ੀ ਵੀ ਲਿਆਉਂਦੀ ਸੀ ਉੱਥੋਂ ਫੁੰਮਣਾ ਤੂੰ ਕਿਉਂ ਠੰਡ ਵਿੱਚ ਫੇਰੀ ਜਾਂਣਾ ਹੈ ਬੈਠਰ ਜਾਈ ਵਿੱਚ ਇਹਨੂੰ ਕਿੰਨੀ ਵਾਰ ਕਹਿ ਚੁੱਕੀ ਹਾਂ ਸੁਣ ਲਈ ਪਰ ਇਹ ਸੁਣਦਾ ਹੀ ਨਹੀਂ ਅੱਜ ਕਿਉਂ ਓਏ ਸੋਧਾਂ ਕਿ ਸੌਂਦਾ ਕਿਉਂ ਨਹੀਂ ਮੈਂ ਅੱਜ ਤੇਰੇ ਕੋਲੋਂ ਬਾਤ ਸੁਣਨੀ ਹੈ ਉਹ ਇਹ ਬਾਤਾਂ ਦਾ ਵੇਲਾ 11:00 ਬਜਣ ਲੱਗਿਆ। ਮੈਂ ਉਹ ਬਾਤ ਸੁਣਨੀ ਹੈ ਇੱਕ ਸੀ ਰਾਜੇ ਦਾ ਬੇਟਾ। ਉਹ ਤਾਂ ਪੁਰਾਣੀ ਹੈ ਬਾਤ ਹੁਣ ਨਹੀਂ ਹੁੰਦੇ ਰਾਜੇ ਦੇ ਬੇਟੇ। ਕਿਉਂ ਨਹੀਂ ਹੁੰਦੇ ਬਾਪੂ? ਮੈਨੂੰ ਕੀ ਪਤਾ ਕਿਉਂ ਨਹੀਂ ਹੁੰਦੇ? ਬਸ ਨਹੀਂ ਹੁੰਦੇ। ਹੁੰਦੇ ਐ। ਤੂੰ ਝੂਠ ਆਨਾ ਬੀਬੀ ਮੈਨੂੰ ਕਹਿੰਦੀ ਐ ਰਾਜਾ ਬੇਟਾ। ਇਹ ਜਾਂਦੀ ਐ ਵੱਡੇ ਘਰਾਂ ਚ ਕੰਮ ਕਰਨ ਉੱਥੋਂ ਸਿੱਖ ਆਉਂਦੀ ਐ ਇਹ ਨਵੀਆਂ-ਨਵੀਆਂ ਗੱਲਾਂ। ਤਾਰੋ ਮੇਰੇ ਵੱਲ ਤੱਕੀ, ਉਹਦੀਆਂ ਅੱਖਾਂ ਲਿਸ਼ਕੀਆਂ ਸੀ ਕਪਾਲ ਲਈ ਤੇ ਫੇਰ ਪਹਿਲਾਂ ਵਾਂਗ ਹੋ ਗਈਆਂ। ਮੈਂ ਰੋਟੀ ਖਾਂਦਿਆਂ ਖਾਂਦਿਆਂ ਜੇਬ ਵਿੱਚ ਹੱਥ ਪਾਇਆ ਤੇ ਸਾਰੇ ਪੈਸੇ ਉਹਨੂੰ ਫੜਾ ਦਿੱਤੇ। ਉਹ ਨੋਟ ਗਿਣਨ ਲੱਗ ਪਈ ਤੇ ਫੁੰਮਣ ਭਾਂ ਨੂੰ ਵੱਖਰੇ ਵੱਖਰੇ ਕਰਨ ਲੱਗ ਪਿਆ। ਪੰਜੀਆਂ ਇੱਕ ਪਾਸੇ ਦਸੀਆਂ ਇੱਕ ਪਾਸੇ ਨੋਟ ਗਿਣਦੇ-ਗਿਣਦੇ ਤਾਰੋ ਮੁਸਕਰਾਈ। ਦੁੱਧ ਵਰਗੀ ਚਿੱਟੀ ਸੀ ਉਹਦੀ ਮੁਸਕਣੀ ਮੈਂ ਦੂਸਰੀ ਰੋਟੀ ਭੰਨ ਲਈ। ਚੰਗੀਆਂ ਭਾਰੀਆਂ ਰੋਟੀਆਂ ਪਕਾਉਂਦੀ ਸੀ ਤਾਰੋ ਚਾਰ ਖਾ ਕੇ ਬੰਦਾ ਰਾਜੇ ਜਾਂਦਾ ਸੀ। ਦਾਲ ਤੇ ਆਚਾਰ ਨਾਲ ਹੋਵੇ ਤਾਂ ਸਵਾਦ ਆ ਜਾਂਦਾ ਹੈ। ਹੁਣ ਤਾਂ ਬੜੇ ਚੇੜ ਤੋਂ ਗੰਡਾ ਨਹੀਂ ਖਾਦਾ ਕਦੇ ਮਹਿੰਗਾ ਹੀ ਬੜਾ ਹੋ ਗਿਆ। ਹੱਥ ਹੀ ਨਹੀਂ ਲੱਗਦਾ ਉਸਨੂੰ। ਪਹਿਲਾ ਮੋਟਾ ਸਾਰਾ ਗੰਡਾ ਤੋੜ ਲਈਦਾ ਸੀ ਮੁੱਕੀ ਮਾਰ ਕੇ ਰੋਟੀ ਖਾਣ ਲੱਗਿਆ ਹੁਣ ਤਾਂ ਐਵੇਂ ਸੁਫਨਾ ਹੀ ਬਣ ਗਿਆ ਜਿੰਨੇ ਵੀ ਪੈਸੇ ਕਮਾਈਦੇ ਆ ਜੇ ਕਿਤੇ ਪਹਿਲਾ ਵਕਤ ਹੁੰਦਾ ਤਾਂ ਵਾਰੇ ਨਿਆਰੇ ਹੋ ਜਾਂਦੇ ਅੱਜ ਤਾਂ ਵਾਵਾ ਹੈ ਹਾਲੀ ਤਾਂ ਹੋਰ ਹੋਣੇ ਸੀ ਜੇ ਇੱਕ ਜਣਾ ਪੈਸੇ ਨਾ ਮਾਰ ਲੈਂਦਾ ਤੂੰ ਕਿਉਂ ਛੱਡੇ ਪੈਸੇ ਬਸ ਗੱਲ ਹੀ ਐਸੀ ਵੈਸੀ ਹੋ ਗਈ ਮੈਂ ਅੱਗੇ ਸਮਝ ਗਈ ਸੀ ਜਦੋਂ ਥੜਾ ਚੜਨ ਲੱਗਿਆ ਪੈਰ ਖਿਸਕ ਗਿਆ ਸੀ ਤੇਰਾ ਲੈ ਸਮਝ ਗਈ ਸੀ ਇਹ ਤੇ ਹੋਰ ਕੀ ਐਨੀ ਦੇਰ ਕਦੇ ਤੇ ਲੱਗੀ ਨਹੀਂ ਅੱਜ ਸਾਰੇ ਮੋਜਾਂ ਕਰਦੇ ਪਏ ਆ ਆਪਾਂ ਵੀ ਥੋੜੀ ਜੀ ਕਰ ਲਈ ਅੱਜ ਕਾਦੀਆਂ ਮੋਜਾਂ ਐ ਬਾਪੂ ਓਏ ਗਿਣੀ ਜਾ ਤੂੰ ਚੁੱਪ ਕਰਕੇ ਪੈਸੇ ਮੋਜਾਂ ਨੇ ਅੱਜ ਨਵੇਂ ਸਾਲ ਦੀਆਂ ਨਵਾਂ ਸਾਲ ਕੀ ਹੁੰਦਾ ਬਾਪੂ ਨਵਾਂ ਸਾਲ ਨਵਾਂ ਸਾਲ ਹੁੰਦਾ ਕੀ ਕਰੀਦਾ ਉਦੋਂ ਮੋਜਾਂ ਕਰੀਂਦੀਆਂ ਨੇ ਖਾਈਦਾ ਪੀਦਾ ਨੱਚੀਦਾ ਕੁੱਟੀਦਾ ਤੇ ਪੁੱਤਰਾ ਮੁਰਗਾ ਮੱਛੀ ਖਾਈ ਦੀ ਰੱਜ ਕੇ ਹਾਰ ਖਰੀਦੀ ਦਾ ਹੀਰਿਆਂ ਦਾ ਆਪਾਂ ਕਿਉਂ ਨਹੀਂ ਕਰਦੇ ਐ ਇਦਾਂ ਓ ਸਾਡੀ ਗੱਲ ਹੋਰ ਐ ਹੋਰ ਕਿਉਂ ਐ ਬਾਪੂ ਸੋ ਜਾ ਪੁੱਤਰ ਰਾਤ ਬੜੀ ਹੋ ਗਈ ਐ ਮੈਂ ਤੇਰਾ ਰਾਜਾ ਬੇਟਾ ਐ ਨਾ ਹਾਂ ਹਾਂ ਤੂੰ ਮੇਰਾ ਰਾਜਾ ਬੇਟਾ ਐ ਸੋ ਜਾ ਹੁਣ ਚੁੱਪ ਕਰਕੇ ਉਸਨੇ ਅੱਖਾਂ ਬੰਦ ਕਰ ਲਈਆਂ ਕਿੰਨਾ ਪੋਲਾ ਲੱਗ ਰਿਆ ਸੀ ਉਹਦਾ ਮੂੰਹ ਫੁੰਮਣ ਨੂੰ ਨਾ ਕਿਤੇ ਚਲਾਣੀ ਪੈ ਜਾ ਰਿਕਸ਼ਾ ਮੈਂ ਸੋਚਿਆ ਨਹੀਂ ਨਹੀਂ ਇਹ ਗੱਲ ਨਹੀਂ ਹੋਵੇਗੀ ਇਹ ਨਹੀਂ ਮੇਰੇ ਵਾਂਗੂ ਠੋਕਰਾਂ ਖਾਏਗਾ ਥਾਂ ਥਾਂ ਤੇ ਇਹ ਪੜ੍ਹ ਲਿਖ ਕੇ ਚੰਗੇ ਕੰਮ ਤੇ ਲੱਗੇਗਾ ਤੇ ਮੋਜਾਂ ਕਰੇਗਾ ਜਦੋਂ ਨਵਾਂ ਸਾਲ ਚੜ੍ਹਿਆ ਕਰੇਗਾ ਤਾਂ ਇਹ ਬੜੀਆਂ ਖੁਸ਼ੀਆਂ ਮਨਾਇਆ ਕਰੇਗਾ ਹੱਸਿਆ ਖੇਡਿਆ ਕਰੇਗਾ ਤੇ ਨੱਚਿਆ ਟੱਪਿਆ ਕਰੇਗਾ ਕਿਸੇ ਚੀਜ਼ ਦੀ ਫਿਕਰ ਨਹੀਂ ਹੋਏਗੀ ਇਸ ਨੂੰ ਕੋਈ ਚੋਰਾ ਨਹੀਂ ਹੋਏਗਾ ਇਹਨੂੰ ਕਾਰਾਂ ਵਿੱਚ ਜਾਇਆ ਕਰੇਗਾ ਇੱਧਰ ਉੱਧਰ ਜਦੋਂ ਕਦੇ ਕਾਰ ਗਈ ਹੋਏਗੀ ਠੀਕ ਹੋਣ ਤਾਂ ਭਾਵੇਂ ਇਹ ਰਿਕਸ਼ੇ 'ਚ ਬੈਠੇ ਮੇਰੇ ਵਰਗਾ ਕੋਈ ਰਿਕਸ਼ੇ ਵਾਲਾ ਲੈ ਜਾਏਗਾ ਇਹਨੂੰ ਜਿੱਥੇ ਇਹਨੇ ਜਾਣਾ ਹੋਊਗਾ ਪਰ ਬੰਤਿਆ ਉਹ ਰਿਕਸ਼ੇ ਵਾਲਾ ਕੌਣ ਹੋਏਗਾ ਭਲਾ ਮੈਂ ਹੀ ਹੋਵਾਂਗਾ ਨਾ ਨਹੀਂ ਮੈਂ ਨਹੀਂ ਕੋਈ ਹੋਰ ਪਰ ਹੋਰ ਕੌਣ ਹੋਰ ਕੋਈ ਕਿਉਂ ਹੋਏਗਾ ਰਿਕਸ਼ੇ ਵਾਲਾ ਸਭ ਕਾਰਾਂ ਵਿੱਚ ਹੀ ਜਾਇਆ ਕਰਨਗੇ ਇਹ ਕਿਸ ਤਰ੍ਹਾਂ ਹੋਏਗਾ ਇਹ ਤਾਂ ਸੇਖ ਚਿੱਲੀਆਂ ਵਾਲੀਆਂ ਗੱਲਾਂ ਨੇ ਇੰਜ ਵੀ ਕਦੇ ਹੋ ਸਕਦਾ ਹੈ ਕਿ ਸਾਰੇ ਕਾਰਾਂ ਵਿੱਚ ਹੀ ਜਾਏ ਜਾਣ ਕੀ ਸੋਚ ਰਹੇ ਹੈ ਮੈਂ ਸੋਚ ਰਿਆ ਭਈ ਇਹ ਨਹੀਂ ਹੋ ਸਕਦਾ ਕਿ ਸਾਰੇ ਲੋਕ ਕਾਰਾਂ ਵਿੱਚ ਹੀ ਜਾਇਆ ਕਰਨ ਫੇਰ ਤੇਰੇ ਰਿਕਸ਼ੇ ਵਿੱਚ ਕੌਣ ਬੈਠੂ ਨਹੀਂ ਇਹ ਗੱਲ ਨਹੀਂ ਅੱਜ ਤੋਂ ਕਈ ਵਾਰਿਆਂ ਪਿੱਛੋਂ ਕਿ ਇਹ ਨਹੀਂ ਹੋ ਸਕਦਾ ਕਿ ਸਭ ਲੋਕ ਕਾਰਾਂ ਵਿੱਚ ਹੀ ਜਾਇਆ ਕਰਨ ਰਿਕਸ਼ਾ ਹੋਵੇ ਹੀ ਨਾ ਇੰਨੀਆਂ ਕਾਰਾਂ ਕਿੱਥੋਂ ਆਣਗੀਆਂ ਮੈਂ ਇੱਕ ਗੱਲ ਕਰਦਾ ਸਿਰ ਪੈਰ ਵੀ ਤਾਂ ਹੋਵੇ ਗੱਲ ਦਾ ਬਹੁਤੀ ਪੀ ਗਏ ਅੱਜ ਨਹੀਂ ਤਾਰੋ ਮੈਂ ਸੋਚ ਰਿਹਾ ਭਈ ਇਹ ਨਹੀਂ ਹੋ ਸਕਦਾ ਕਿ ਰਿਕਸ਼ਾ ਨਾ ਹੋਵੇ ਦੁਨੀਆ ਉੱਤੇ ਤੇ ਫੇਰ ਅਸੀਂ ਖਾਵਾਂਗੇ ਕਿੱਥੋਂ ਤੂੰ ਆਪਣੀਆਂ ਹੀ ਮਾਰੀ ਜਾਨੀ ਐ ਮੇਰੀ ਗੱਲ ਤਾਂ ਸਮਝਦੀ ਨਹੀਂ ਕੀ ਸਮਝਾਂ ਤੇਰੀ ਗੱਲ ਲੋਕਾਂ ਕੋਲ ਕਾਰਾਂ ਤਾਂ ਭਾਵੇਂ ਨਾ ਹੋਣ ਐਨੀਆਂ ਪਰ ਰਿਕਸ਼ਾ ਤਾਂ ਮੁੱਕ ਜਾ ਇੱਕ ਵਾਰੀ ਕੱਲਾ ਬੰਦਾ ਦੋ ਜਾਨਿਆਂ ਨੂੰ ਖਿੱਚਦਾ ਤੇ ਜਾਨ ਬਹਰ ਆਉਣ ਨੂੰ ਕਰਦੀ ਐ ਤੇ ਫਿਰ ਲੋਕ ਵੀ ਕੀ ਕਰਨ ਆਉਣ ਜਾਣਨਾ ਕਿ ਸੇ ਪਾਸੇ ਆਉਣ ਜਾਣ ਜੀ ਸੱਦ ਕੇ ਪਰ ਇਹ ਤਾਂ ਨਹੀਂ ਨਾ ਕਿ ਇੱਕ ਜਣਾ ਜੋਇਆ ਪਿਆ ਬਲੌਂ ਦਵਾਂਗ ਤੇ ਦੋ ਜਾਨੇ ਬੈਠੇ ਹੋਏ ਉਹਦੀ ਪਿੱਠ ਉਤੇ ਫਿੱਟ ਹੋਤੇ ਤੂੰ ਹੱਸਦੀ ਕਿਉਂ ਆ ਤਾਰੋ ਕੁਛ ਨਹੀਂ ਐਵੇਂ ਹਸਦੀ ਜਾ ਰਹੀ ਐ ਉਹ ਮੈਨੂੰ ਬਹੁਤ ਪੈੜਾ ਲੱਗਾ ਉਸ ਦਾ ਇਸ ਤਰ੍ਹਾਂ ਹੱਸਣਾ ਇਹ ਵੀ ਕੋਈ ਗੱਲ ਹੋਈ ਹੱਸਣ ਵਾਲੀ ਗੱਲ ਤਾਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੀ ਬਸ ਹੱਸ ਹੀ ਜਾਂਦੀ ਐ ਚੱਲ ਹੱਸ ਲੈਣ ਦੇ ਹੱਸੀ ਜਾਏ ਸਾਡਾ ਕੀ ਲੈਂਦੀ ਐ ਹੁਣ ਤਾਂ ਇਹਨੂੰ ਹੱਸਿਆਂ ਵੀ ਕਿੰਨਾ ਚਿਰ ਹੋ ਗਿਆ ਉਹ ਵੀ ਦਿਨ ਸੀ ਜਦ ਗੱਲ ਗੱਲ ਤੇ ਹੱਸ ਪੈਂਦੀ ਸੀ ਤੇ ਲੱਗਦੀ ਵੀ ਸੀ ਬਹੁਤ ਚੰਗੀ ਹਸਤੀ ਹੋਈ ਹੁਣ ਤਾਂ ਬਸ ਹੱਸਣਾ ਹੀ ਭੁੱਲ ਗਈ ਐ ਜਿਵੇਂ ਉੰਜ ਹੱਸਦੀ ਹੋਈ ਤਾਂ ਹੁਣ ਵੀ ਮਾੜੀ ਨਹੀਂ ਲੱਗਦੀ ਕਿਵੇਂ ਖਿੜ ਗਿਆ ਮੱਥਾ ਕਿਵੇਂ ਘੁਮਲਾਈ ਹੋਏ ਫੁੱਲ ਉਤੋਂ ਜਿਵੇਂ ਕਿਸੇ ਨੇ ਪਾਣੀ ਛਿੜਕ ਦਿੱਤਾ ਹੋਵੇ ਵੇਖਦੀ ਕਿਵੇਂ ਆ ਮੇਰੇ ਵੱਲ ਹੱਸਦੀ ਹੋਈ ਚੱਲੀ ਜਾਈ ਨਾ ਹੋਵੇ ਤਾਂ ਇੰਜ ਹੀ ਹੱਸਦੀ ਰਿਹਾ ਕਰ ਕੀ ਹੁੰਦਾ ਤੈਨੂੰ ਹੱਸਦੀ ਨੂੰ ਵੇਖ ਕੇ ਪੋਤਾ ਨਾ ਹੱਸ ਰੋਣਾ ਵੀ ਪੈ ਜਾਂਦਾ ਪਿੱਛੋਂ ਕਹਿੰਦੇ ਹੁੰਦੇ ਆ ਨਾ ਸਿਆਣੇ ਸਾਡੇ ਸਿਆਣੇ ਵੀ ਕਿੰਨੀਆਂ ਸਿਆਣੀਆਂ ਗੱਲਾਂ ਕਹਿ ਗਏ ਪਾਈ ਹੱਸੋ ਨਾ ਬੋਤਾ ਪਿੱਛੋਂ ਰੋਣਾ ਨਾ ਪੈ ਜਾਏ ਕਿਤੇ ਮੈਂ ਆਨਾ ਕਿ ਹੱਸਣ ਤਾਂ ਦੋ ਪਹਿਲਾਂ ਰੋਣ ਦੀ ਤਾਂ ਵੇਖੀ ਜਾਊ ਬਾਅਦ ਵਿੱਚ ਲੱਤਾਂ ਤਾਂ ਦੱਬ ਜਰਾ ਕੇ ਥੱਕ ਗਿਆ ਥੱਕਣਾ ਕੀ ਆ ਉੰਜੀ ਘੁੱਟ ਦੇ ਜ਼ਰਾ ਉਹ ਮੇਰੀਆਂ ਲੱਤਾਂ ਦੱਬਣ ਲੱਗ ਪਈ ਉਸ ਵੇਲੇ ਦੀਵੇ ਦੀ ਲੋਕ ਅੰਦ ਉੱਤੇ ਪੈਂਦਾ ਹੋਇਆ ਪਰਛਾਵਾਂ ਮੈਨੂੰ ਚੰਗਾ ਲੱਗ ਰਿਹਾ ਸੀ ਕਦੇ ਮੌਦੇ ਵੱਲ ਵੇਖ ਲੈਂਦਾ ਤੇ ਕਦੇ ਪਰਛਾਵੇਂ ਵੱਲ ਵੇਖਣ ਲੱਗਦਾ ਬਸ ਕਰ ਤਾਰੋ ਲੈ ਐਨਾ ਹੀ ਤੂੰ ਥੱਕ ਜਾਏਂਗੀ ਐਦੇ ਵਿੱਚ ਕਿਹੜੀ ਗੱਲ ਹੈ ਥੱਕਣ ਵਾਲੀ ਉਂਝ ਤੇਰੇ ਹੱਥਾਂ 'ਚ ਜ਼ੋਰ ਬੜਾ ਹੈ ਹੋਰ ਤੇਰੀਆਂ ਵਾਂਗਣ ਤਾਂ ਨਹੀਂ ਸੁੱਕੀਆਂ ਹੋਈਆਂ ਲੱਤਾਂ ਨੇ ਤੇਰੀਆਂ ਇਹ ਭਾਵੇਂ ਸੁੱਕੀਆਂ ਹੋਈਆਂ ਲੱਗਦੀਆਂ ਨੇ ਪਰ ਕੰਮ ਬੜਾ ਦੰਦੀਆਂ ਨੇ ਉਹ ਤਾਂ ਠੀਕ ਹੈ ਪਰ ਕੁਝ ਖੁਰਾਕ ਵੀ ਖਾਇਆ ਕਰਨਾ ਸਭ ਕੁਝ ਤੇਰੇ ਸਿਰ ਉੱਤੇ ਆ ਖਾਲੀ ਦੀਏ ਖੁਰਾਕ ਇਹਨਾਂ ਪੈਸਿਆਂ ਚੋਂ ਨਾ ਪਾ ਡੇਡ ਤੇਸੀ ਕਿਉਂ ਲਿਆ ਕੱਲ ਮਤਦਾਨੀ ਮਾਰੀ ਗਈ ਤੇਰੀ ਪਤਾ ਕੀ ਇਹ ਪਾ ਦੇਸੀ ਕੀ ਉਹਦਾ ਤੂੰ ਲਵਾ ਲੈ ਟੀਕੇ ਜਿਹੜੇ ਡਾਕਟਰ ਨਹੀਂ ਆਂਦੀ ਐ ਵਿਗੜੀ ਨਾ ਜਾਵੇ ਤੇਰੀ ਤਕਲੀਫ ਕੀ ਹੋਇਆ ਮੈਨੂੰ ਵੇਖੀ ਜਾਉ ਟੀਕਿਆਂ ਦੀ ਵੀ ਪਹਿਲਾਂ ਹੋਰ ਕੰਮ ਤਾਂ ਨਿਭੜ ਲੈਣ ਨਾਲੇ ਤੂੰ ਮਾਸਟਰਾਂ ਦਾ ਕੰਮ ਛੱਡ ਦੇ ਕਿਵੇਂ ਛੱਡ ਦਿਆਂ ਬੱਚਿਆਂ ਨੂੰ ਭੁੱਖੇ ਮਾਰਨ ਦੀ ਸਲਾਹ ਹੋਣੀ ਐ ਤੇਰੀ ਨਹੀਂ ਮਰਦੇ ਭੁੱਖੇ ਜਦੋਂ ਆ ਜਾਂਣਾ ਹੁੰਦਾ ਨਾ ਹੱਥ ਲਮਕਾਉਣਾ ਕਿ ਜੋ ਕਮਾਇਆ ਸੀ ਲੱਗ ਗਿਆ ਉੱਪਰ ਟੁੱਟ ਗਿਆ ਸੀ ਚੱਕਾ ਰਿਕਸ਼ੇ ਦਾ ਮੈਨੂੰ ਨਹੀਂ ਚੰਗਾ ਲੱਗਦਾ ਤੇਰਾ ਕਿਸੇ ਦੇ ਘਰ ਭਾਂਡੇ ਮਾਂਜਣਾ ਫੇਰ ਕੀ ਹੋਇਆ ਮੇਰੇ ਮੱਥੇ ਤਾਂ ਨਹੀਂ ਨਾ ਮੇਰੇ ਹੱਥ ਤਾਂ ਨਹੀਂ ਨਾ ਘਸ ਚੱਲੇ ਮਾਸਟਰ ਨੇ ਵੀ ਪੜਾ ਲੈਂਦੀ ਐ ਟਿਊਸ਼ਨ ਸਭ ਹੀ ਕੰਮ ਕਰਦੇ ਪਏ ਐ ਇਸ ਜ਼ਮਾਨੇ 'ਚ ਚੰਗਾ ਫੇਰ ਉਹ ਕਹੂ ਸਾਡੇ ਫੁੱਮਣ ਨੂੰ ਵੀ ਪੜਾ ਦਿਆ ਕਰੇ ਟਿਊਸ਼ਨ 50 ਰੁਪਏ ਲੈਂਦੀ ਆ ਉਹ ਐਵੇਂ ਬੈਠਾ ਗੱਲਾਂ ਬਣਾਉਣ ਲੱਗਾ ਹੋਇਆ ਦੇ ਦੇਉ ਮੈਂ 50 ਪੈਸੇ ਲੈਕ ਬਣਾਉਣਾ ਐ ਮੈਂ ਆਪਣੇ ਪੁੱਤਰ ਨੂੰ ਰੋਜ਼ ਇੱਕ ਦਾ ਰੋਜ਼ ਦਾ 1 ਰੁਪਿਆ ਦੇ ਆਇਆ ਕਰੂੰ ਸ਼ਾਮ ਨੂੰ ਹੋਰ 10 ਸੋ ਹੁਣ ਚੁੱਪ ਕਰਕੇ ਐਵੇਂ ਬੋਲੀ ਜਾਂਦੇ ਆਵਾ ਤਵਾ ਉਹ ਉઠી ਤੇ ਦੀਵਾ ਬੁਝਾਇਆ ਤੇ ਜਾ ਕੇ ਦੋਹਾਂ ਕੁੜੀਆਂ ਦੇ ਵਿਚਕਾਰ ਪੈ ਗਈ ਫਿਰ ਮੈਂ ਸੋਚਿਆ ਭਾਈ ਟੀਕੇ ਲਗਵਾਉਣੇ ਵੀ ਬਹੁਤ ਜ਼ਰੂਰੀ ਹੈ ਪਿਛਲੀ ਵਾਰ ਜਦੋਂ ਤਾਰੂ ਗਈ ਸੀ ਨਾ ਹਸਪਤਾਲ ਤਾਂ ਡਾਕਟਰਨੀ ਨੇ ਡਰਾ ਹੀ ਦਿੱਤਾ ਸੀ ਕਹਿੰਦੀ ਸੀ ਤੈਨੂੰ ਜਾਣਨੀ ਚਾਹੀਦੀ ਆਪਣੀ ਮੈਂ ਇਹਨੂੰ ਕਈ ਵਾਰ ਪੈਸੇ ਦਿੱਤੇ ਆ ਟੀਕਿਆਂ ਲਈ ਪਰ ਕਦੇ ਕੁਝ ਲੈ ਆਉਂਦੀ ਹੈ ਤੇ ਕਦੇ ਕੁਝ ਕਹਿੰਦੀ ਹੈ ਇਹਨਾਂ ਚੀਜ਼ਾਂ ਬਗੈਰ ਸਰਦਾ ਨਹੀਂ ਮੈਂ ਪੁੱਛਦਾ ਟੀਕਿਆਂ ਬਗੈਰ ਸਰ ਜਊ ਨਹੀਂ ਹੋਰ ਮੈਂ ਹੁਣ ਨਹੀਂ ਸੁਣਨੀ ਐ ਦੀ ਸਵੇਰੇ ਉੱਠਦਿਆਂ ਹੀ ਲੈ ਕੇ ਜਾਵਾਂ ਉਹਨੂੰ ਟੀਕਿਆਂ ਵਾਲੇ ਵੱਲ ਨਹੀਂ ਸਵੇਰੇ ਨਹੀਂ ਰੋਟੀ ਖਾਣ ਜਦੋਂ ਜਾ ਆਉਂਗਾ ਨਾ ਦੁਜੀਏ ਪੈਰ ਉਦੋਂ ਲੈਂਦੇ ਆਉਂਗਾ ਟੀਕਾ ਸੌਂ ਗਈ ਤਾਰੋ ਨਹੀਂ ਜਾਗਦੀਆਂ ਇਸ ਤਰ੍ਹਾਂ ਹੀ ਰਹੂ ਸਾਡਾ ਹਾਲ ਆਪਣੀ ਬਾਤ ਤਾਂ ਲਾਈ ਜਾਨਾ ਪੂਰੀ ਚੰਗਾ ਲਾਉਂਦਾ ਰਹੂ ਆਪਣੀ ਬਾਹ ਐਨੀ ਗੱਲ ਕਹਿ ਕੇ ਉਸਨੇ ਦੂਜੇ ਪਾਸੇ ਪਾਸਾ ਮੋੜ ਲਿਆ ਬਾਜੇ ਵੇਲੇ ਹੋਰੀ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪੈਂਦੀ ਐ ਇਹੇ ਕੋਈ ਸਿਰ ਪੈਰ ਨਹੀਂ ਹੁੰਦਾ ਇਹਦੀਆਂ ਗੱਲਾਂ ਦਾ ਪਤਾ ਨਹੀਂ ਕੀ ਹੁੰਦਾ ਜਾਂਦਾ ਇਹਨੂੰ ਪਹਿਲਾਂ ਤਾਂ ਨਹੀਂ ਸੀ ਕਰਦੀ ਹੁੰਦੀ ਇਸ ਤਰ੍ਹਾਂ ਦੀਆਂ ਗੱਲਾਂ ਚੰਗੀ ਭਲੀ ਹੁੰਦੀ ਸੀ ਪਹਿਲਾਂ ਹੁਣ ਵੇਖ ਨਾ ਕਿਦਾਂ ਦਾ ਮੂੰਹ ਕੱਢਿਆ ਹਲਦੀ ਵਰਗਾ ਰੰਗ ਹੋਇਆ ਪਿਆ ਇਹਦਾ ਬੱਚੇ ਵੀ ਨਹੀਂ ਸੰਭਾਲੇ ਜਾਂਦੇ ਹੁਣ ਤਾਂ ਛੋਟੀ ਕੁੜੀ ਦੇ ਤਾਂ ਜੁਲਾਬ ਹੀ ਨਹੀਂ ਬੰਦ ਹੋਣ ਚਾਉਂਦੇ ਇਹ ਕੰਮ ਕਰਨ ਚੱਲੀ ਜਾਂਦੀ ਐ ਮਗਰੋਂ ਪਤਾ ਨਹੀਂ ਕੀ ਸਵਾਖੇ ਖਾਂਦੀ ਰਹਿੰਦੀ ਆ ਉਹ ਸਾਰਾ ਦਿਨ ਵੱਡੀ ਕੁੜੀ ਦੀਆਂ ਅੱਖਾਂ ਹੀ ਨਹੀਂ ਠੀਕ ਹੋਣ ਚਾਹੁੰਦੀਆਂ ਇਹਦਾ ਆਪਣਾ ਜੀ ਠੀਕ ਹੋਵੇ ਤਾਂ ਬੱਚਿਆਂ ਨੂੰ ਸੰਭਾਲੇ ਮੈਂ ਕਹਿਣਾ ਕੰਮ ਛੱਡ ਮਾਸਟਰਾਂ ਦਾ ਤੇ ਉਹ ਵੀ ਨਹੀਂ ਮੰਨਦੀ ਬਸ ਇਹੋ ਗੱਲ ਮਾੜੀ ਐ ਇਹਦੇ ਵਿੱਚ ਜਿਹੜਾ ਆਖੇ ਨਹੀਂ ਲੱਗਦੀ ਲੜਨ ਨੂੰ ਪੈਂਦੀ ਅੱਗੋਂ ਨੀ ਤਾਰੋ ਸੌਂਗੀਆਂ ਤਾਰੋ ਹਾ ਹੋ ਸੋ ਜਾ ਤੂੰ ਵੀ ਮੁੰਡੇ ਤੋਂ ਕੱਪੜਾ ਨਾ ਲਾ ਦੇ ਵੀ ਰਾਤੀ ਗੱਲ ਤਾਂ ਸੁਣ ਮੇਰੀ ਸਾਰੇ ਲੋਕ ਖੁਸ਼ੀਆਂ ਮਨਾ ਰਹੇ ਐ ਕੋਈ ਗੱਲ ਕਰ ਨਵਾਂ ਸਾਲ ਚੜਿਆ ਅੱਜ ਚੜਿਆ ਹੋ ਹਾ ਕੀ ਗੱਲ ਹੋਈ ਭਲਾ ਆਪਾਂ ਕੀ ਲੈਣਾ ਨਵੇਂ ਸਾਲ ਤੋਂ ਕਿਉਂ ਆਪਾਂ ਕਿਉਂ ਨਹੀਂ ਕੁਝ ਲੈ ਸਕਦੇ ਆਪਾਂ ਕਿਸੇ ਤੋਂ ਘੱਟ ਆ ਕੀ ਨਹੀਂ ਆ ਸਾਡੇ ਕੋਲ ਹੱਥ ਨਹੀਂ ਹੈ ਕਿ ਪੈਰ ਨਹੀਂ ਹੈ ਉਹ ਵੀ ਉਹਨਾਂ ਹੀ ਆਪਣਾ ਨਵਾਂ ਸਾਲ ਹੈ ਜਿੰਨਾ ਕਿਸੇ ਹੋਰ ਦਾ ਬਸ ਵੀ ਕਰ ਹੁਣ ਲੱਜ ਕਰ ਸੌਣ ਦੇ ਫੇਰ ਕਹੂ ਨਵਾਂ ਸਾਲ ਮੁਬਾਰਕ ਕੁੰਦੀ ਕਿਉਂ ਨਹੀਂ ਚੁੱਪ ਕਿਉਂ ਹੋ ਗਈ ਹੈ ਬੋਲ ਤਾਂ ਸਹੀ ਸੌ ਗਈ ਜਾਪਦੀ ਹੈ ਹਾਂ ਸੌ ਗਈ ਹੈ ਚਲ ਸੌ ਜਾਣ ਦੇ ਤੂੰ ਵੀ ਸੋ ਜਾ ਬੰਤਿਆ ਸਵੇਰ 6 ਵਜੇ ਵਾਲੀ ਗੱਡੀ ਵੇਖਣੀ ਹੈ ਕੱਲ੍ਹ ਕਾ ਮੇਲ ਦੈਟਸ ਆਲ ਫॉर ਟੁਡੇ ਐਂਡ ਇਹਦੇ ਨਾਲ ਹੀ ਆਪਣਾ ਨਾਵਲ ਖਤਮ ਹੁੰਦਾ ਹੈ ਜਲਦੀ ਮਿਲਦੇ ਹਾਂ ਤੁਹਾਨੂੰ ਇੱਕ ਕਿਸੇ ਨਵੀਂ ਆਡੀਓ ਬੁੱਕ ਦੇ ਨਾਲ ਟਿਲ ਦੈਨ ਟੇਕ ਕੇਅਰ ਐਂਡ ਕੀਪ ਸਪੋਰਟਿੰਗ